ਰੋਵਟਲ ਮੀਆਂ ਰੋਵਟਲ ਮੀਆਂ ਤੇਰਾ ਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਨਾਦ ਜੀ ਸਰਸਾ ਦੀ ਤੇ ਮਿਠੋੜਾ ਪੈ ਗਿਆ ਹਾਂ ਹਾਂਜੀ ਆਪਣਾ ਨਾਮ ਮੈਂ ਹਜੇ ਤੁਹਾਡਾ ਆਪ ਸਭ ਦਾ ਲਵਿਸ਼ ਲਵ ਔਰ ਮੇਰੇ ਵੱਲੋਂ ਸਾਰਿਆਂ ਦਾ ਦਿਲੋਂ ਧੰਨਵਾਦ ਜਿਹੜੇ ਮੈਨੂੰ ਇੰਨਾ ਪਿਆਰ ਦੇ ਰਹੇ ਨੇ ਜਿਹੜੇ ਮੈਨੂੰ ਇੰਨੀਆਂ ਅਸੀਸਾਂ ਔਰ ਆਸ਼ੀਰਵਾਦ ਦੇ ਰਹੇ ਨੇ ਹਾਂਜੀ ਔਰ ਜਿਹੜਾ ਤੁਹਾਡਾ ਇੱਕ ਸ਼ਬਦ ਹੈ ਬਹੁਤ ਜ਼ਿਆਦਾ ਇਹਦੀ ਵਾਇਰਲ ਹੋ ਰਿਹਾ ਵੈ ਉਹ ਕੀ ਸ਼ਬਦ ਹੈਗਾ ਤੁਸੀਂ ਕੀ ਥੋੜਾ ਜਿਆਦਾ ਦੱਸੋ ਸਾਡੇ ਹਾਂਜੀ ਮੈਂ ਜ਼ਰੂਰ ਦੱਸ ਰਿਹਾ ਜੀ ਉਹ ਸ਼ਬਦ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੀਂ ਪਾਤਸ਼ਾਹੀ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦੀ ਉਮਰ 7 ਸਾਲ ਔਰ 9 ਸਾਲ ਔਰ ਜਿਨ੍ਹਾਂ ਨੂੰ ਜੀਂਦਿਆਂ ਨੂੰ ਹੀ ਨੀਹਾਂ ਦੇ ਵਿੱਚ ਚੜਵਾ ਦਿੱਤਾ ਗਿਆ ਉਹਨਾਂ ਦੇ ਉੱਪਰ ਮੈਂ ਇੱਕ ਸ਼ਬਦ ਜਗਰਾਤੇ ਦੇ ਵਿੱਚ ਗਾਇਆ ਸੀ ਜਿਹਨੂੰ ਬਹੁਤ ਸਾਰਾ ਪਿਆਰ ਮਿਲਿਆ ਉਹ ODੀਆਂ ਦੋ ਲਾਈਨਾਂ ਮੈਂ ਤੁਹਾਨੂੰ ਹੁਣ ਫੇਰ ਸੁਣਾ ਰਿਹਾ ਪ੍ਰਵਾਨ ਕਰਿਓ ਜੀ ਸਾਰੇ ਹੂੰ ਵਟਲ ਮੀਆਂ ਤੇਰਾ ਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਰਾਤ ਹਨੇਰੀ ਬਿਜਲੀ ਲਿਸ਼ਕੇ ਰਾ ਜੰਗਲਾਂ ਦੇ ਪੈ ਗਏ ਨੇ ਰੇਸ਼ਮ ਨਾਲੋਂ ਸੋਲ ਸਰੀਰ ਨੂੰ ਦੁਖੜੇ ਸਹਣੇ ਪੈ ਗਏ ਨੇ ਛੋਟੀ ਉਮਰ ਦੇ ਦੋਨੋਂ ਬਾਲ ਜੀ ਮਾਤਾ ਗੁਜਰੀਓ ਨਾ ਦੇ ਨਾਲ ਜੀ ਸਰਸਾਨ ਦੀਤੇ ਵਿਛੋੜਾ ਪੈ ਗਿਆ ਉਸ ਬੇਲੀ ਦਾ ਸੁਣ ਲੋ ਹਾਲ ਜੀ ਮਿਹਰਬਾਨੀ ਜੀ ਹੋਰ ਆਪਣੇ ਬਾਰੇ ਕੁਝ ਦੱਸੋ ਜੀ ਕਿ ਗਾਇਕੀ ਤੁਹਾਡੀ ਕਿੱਥੋਂ ਸ਼ੁਰੂ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਇਹਦੇ ਬਾਰੇ ਥੋੜਾ ਜਿਹਾ ਦੱਸੋ ਹਾਂ ਜੀ ਮੈਂ ਜੀ ਜਾਗਰਨ ਲਾਈਨ ਜਿਹੜੀ ਹੈ ਇਹ ਮੈਂ 10-12 ਸਾਲ ਤੋਂ ਕਰ ਰਿਹਾ ਜਾਗਰਨ ਮੇਰੇ ਪਹਿਲਾਂ ਪਿਤਾ ਸ਼੍ਰੀ ਜਾਗਰਨ ਕਰਦੇ ਸੀ ਫਾਦਰ ਸਾਹਿਬ ਸ਼੍ਰੀ ਕਮਲ ਸਿਤਾਰਾ ਜੀ ਔਰ ਉਹਨਾਂ ਨੇ ਬਹੁਤ ਮਿਹਨਤ ਕੀਤੀ ਉਹਨਾਂ ਦੀ ਮਿਹਨਤ ਦਾ ਫਲ ਹੁਣ ਅੱਜ ਮੈਨੂੰ ਮਿਲ ਰਿਹਾ ਔਰ ਮੇਰੇ ਗੁਰੂ ਜੀ ਸ੍ਰੀ ਨਿਰੰਦਰ ਚੰਚਲ ਜੀ ਉਹਨਾਂ ਦੇ ਆਸ਼ੀਰਵਾਦ ਸਦਕੇ ਉਸ ਮਹਾਰਾਣੀ ਦੇ ਆਸ਼ੀਰਵਾਦ ਸਦਕੇ ਉਸ ਬਾਬਾ ਪੌਣਾ ਹਾਰੀ ਔਰ ਬਾਬਾ ਅਗਰਨਾਥ ਜੀ ਦੇ ਆਸ਼ੀਰਵਾਦ ਸਦਕੇ ਅੱਜ ਮੈਨੂੰ ਬੜਾ ਪਿਆਰ ਮਿਲ ਰਿਹਾ ਸਭ ਦਾ ਬੜਾ ਬੜਾ ਮੈਨੂੰ ਆਸ਼ੀਰਵਾਦ ਮਿਲ ਰਿਹਾ ਸਭ ਦਾ ਔਰ ਮੈਂ ਇਸ ਨੂੰ ਇਸੇ ਤਰ੍ਹਾਂ ਹੀ ਕੰਟੀਨਿਊ ਰੱਖਾਂਗਾ ਜੀ ਅਕਾ ਇਸ ਵੇਲੇ ਕਿੰਨੇ ਕ ਸਟੇਜ ਤੁਸੀਂ ਗਾ ਚੁੱਕੇ ਹੋ ਕਿੱਥੇ ਕਿੱਥੇ ਗਾ ਚੁੱਕੇ ਹੋ ਮੈਂ ਜੀ ਆਲਮੋਸਟ ਹਰ ਸਟੇਟ ਵਿੱਚ ਮੈਂ ਜਾਗਰਣ ਕਰ ਲਏ ਨੇ ਹਰ ਡਿਸਟ੍ਰਿਕਟ ਵਿੱਚ ਮੈਂ ਜਾਗਰਣ ਕਰ ਲਏ ਨੇ ਨਿਊ ਡੈਲੀ ਚੰਡੀਗੜ੍ਹ ਹਰਿਆਣਾ ਮੁੰਬਈ ਤੱਕ ਮੈਂ ਹਿਮਾਚਲ ਦੀ ਹਰ ਸ਼ਹਿਰ ਵਿੱਚ ਹਰ ਵਿਲੇਜ ਵਿੱਚ ਮੈਂ ਜਾਗਰਣ ਕਰ ਚੁ ਇਹ ਕਿੰਨੇ ਕਿੰਨੇ ਦੇ ਸਿੰਗਰਾਂ ਦੇ ਨਾਲ ਤੁਸੀਂ ਕਰ ਚੁੱਕੇ ਹੋ ਹਾਂਜੀ ਮੈਂ ਇਹ ਹਰ ਸਿੰਗਰ ਦੇ ਨਾਲ ਹੀ ਮੇਰੀ ਸਟੇਜ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ ਫਿਰੋਜ਼ ਖਾਨ ਜੀ ਮਾਸਟਰ ਸਲੀਮ ਜੀ ਸ਼੍ਰੀ ਨਿਰੰਦਰ ਚੰਚਲ ਜੀ ਵਿਡਾਲੀ ਸਾਹਿਬ ਸਾਡੇ ਅਮਰ ਸਰਦੀ ਸ਼ਾਨ ਵਿਕਿੰਦਰ ਵਿਡਾਲੀ ਜੀ ਔਰ ਜਿੰਨੇ ਵੀ ਡਿਵੋਸ਼ਨਲ ਜਿਹੜੇ ਹੈਗੇ ਨੇ ਸਿੰਗਰ ਮੈਂ ਸਭ ਨਾਲ ਸਟੇਜ ਕਰ ਚੁੱਕਾ ਜੀ ਮੈਂ ਸੁਣਿਆ ਵੀ ਤੁਹਾਡੀ ਲਾਈਨ ਕੁਝ ਹੋਰ ਤੁਸੀਂ ਕਰਨਾ ਚਾਹੁੰਦੇ ਸੀ ਤੇ ਇਸ ਲਾਈਨ 'ਚ ਤੁਸੀਂ ਹਾਂਜੀ ਬਿਲਕੁਲ ਜੀ ਮੈਂ ਜਦੋਂ ਸਟੱਡੀ ਕਰਦਾ ਸੀ ਸਕੂਲ ਟਾਈਮ ਦੇ ਵਿੱਚ ਉਦੋਂ ਮੈਂ ਮੇਰਾ ਕੋਈ ਸ਼ੌਕ ਹੀ ਨਹੀਂ ਸੀ ਕਿ ਮੈਂ ਸੰਗੀਤ ਨੂੰ ਚੁਣਾਂਗਾ ਜਾਂ ਮوسیਕੀ ਵੈਸੇ ਤਾਂ ਸੰਗੀਤ ਚੁਣਦਾ ਜੀ ਔਰ ਇੱਕ ਬੜੀ ਸੋਹਣੀ ਗੱਲ ਹੈ ਜੀ ਮਤਲਬ ਗਲਾ ਸੁਰਿਲਾ ਹੋਣ ਤੋਂ ਪਹਿਲਾਂ ਤੁਹਾਡਾ ਸੰਗੀਤ ਸੁਰਿਲਾ ਹੋਣ ਤੋਂ ਪਹਿਲਾਂ ਤੁਹਾਡੀ ਰੂਹ ਦਾ ਸੁਰਿਲਾ ਹੋਣਾ ਬਹੁਤ ਜ਼ਰੂਰੀ ਹੈ ਔਰ ਮੈਨੂੰ ਜਦੋਂ ਸੱਡਲ ਨਹੀਂ ਪਤਾ ਲੱਗਾ ਕਿ ਮੈਂ ਅੱਗੇ ਫਾਦਰ ਸਾਹਿਬ ਨੇ ਮੈਨੂੰ ਜ਼ੋਰ ਪਾਉਣਾ ਕਿ ਨਹੀਂ ਤੂੰ ਤੇਰੀ ਆਵਾਜ਼ ਅੱਛੀ ਹੈ ਤੂੰ ਜਾਗਰਣ ਕਰਿਆ ਕਰ ਔਰ ਮੈਂ ਇੱਕ ਦੋ ਜਾਗਰਨ ਤੇ ਗਾਇਆ ਮੈਨੂੰ ਬੜਾ ਪਿਆਰ ਮਿਲਿਆ ਮੈਨੂੰ ਸਭ ਨੇ ਹੱਥਾਂ ਤੇ ਚੁੱਕਿਆ ਔਰ ਮੇਰੇ ਦਿਲ ਨੂੰ ਵੀ ਲੱਗਾ ਕਿ ਮੈਨੂੰ ਹੁਣ ਇਹ ਲਾਈਨ ਚੁਣਨੀ ਚਾਹੀਦੀ ਹੈ ਔਰ ਮਹਾਰਾਣੀ ਦਾ ਜਦੋਂ ਆਸ਼ੀਰਵਾਦ ਮਿਲਣਾ ਮੈਨੂੰ ਸ਼ੁਰੂ ਹੋਇਆ ਤਾਂ ਹੁਣ ਤਾਂ ਇੰਨਾ ਕੁ ਉਸਨੇ ਰੰਗ ਸਾਨੂੰ ਚੜਾ ਦਿੱਤਾ ਹੈ ਕਿ ਸਾਡਾ ਹੁਣ ਤਾਂ ਛੱਡਣ ਨੂੰ ਉਸਨੂੰ ਜੀ ਕਰੇਗਾ ਨਹੀਂ ਨਾ ਅਸੀਂ ਇਸ ਲਾਈਨ ਨੂੰ ਛੱਡਾਂਗੇ ਤੇ ਤੁਸੀਂ ਹੁਣ 90 ਸਾਲ ਤੇ ਵੀ ਕੁਝ ਲੈ ਕੇ ਆ ਰਹੇ ਹੋ ਕੀ ਲੱਗਿਆ ਰਿਹਾ ਹਾਂਜੀ ਬਿਲਕੁਲ ਜੀ ਨਵੇਂ ਸਾਲ ਤੇ 1 ਜਨਵਰੀ ਨੂੰ ਮੇਰੀ ਜਿਸ ਤਰ੍ਹਾਂ ਪਹਿਲਾਂ ਮੇਰੀਆਂ ਭੇਟਾਂ ਰਿਲੀਜ਼ ਹੋਈਆਂ ਨੇ ਬਾਬਾ ਵਾਲਖਨਾਜੀ ਦੇ ਬਜਾ ਰਿਲੀਜ਼ ਹੋਏ ਨੇ ਤੁਸੀਂ ਬੜਾ ਪਿਆਰ ਕਰਦੇ ਹੋ ਤੁਸੀਂ ਬੜੀ سپورਟ ਕਰਦੇ ਹੋ ਔਰ 1 ਜਨਵਰੀ ਨੂੰ ਜਿਸ ਦਾ ਟਾਈਟਲ ਹੈ ਮਾਂ ਮਿਲ ਗਈ ਉਹ ਸਾਡੀ ਭੇਟ ਰਿਲੀਜ਼ ਹੋ ਰਹੀ ਹੈ ਔਰ ਮੈਂ ਉਮੀਦ ਕਰਾਂਗਾ ਤੁਹਾਡੇ ਸਾਰਿਆਂ ਤੋਂ ਕਿ ਤੁਸੀਂ ਇਸੇ ਤਰ੍ਹਾਂ ਹੀ ਮੈਨੂੰ ਪਿਆਰ ਦਿਓਗੇ ਇਸੇ ਤਰ੍ਹਾਂ ਹੀ ਮੈਨੂੰ ਦੁਆਵਾਂ ਦਿਓਗੇ ਇਸੇ ਤਰ੍ਹਾਂ ਹੀ سپورਟ ਕਰੋਗੇ ਹਰ ਸ਼ਹਿਰ ਵਿੱਚ ਹਰ ਵਿਲੇਜ ਵਿੱਚ ਮੈਂ ਜਾਗਰਣ ਕਰ ਚੁੱਕਾ ਜੀ ਇਹ ਕਿੰਨੇ ਕਿੰਨੇ ਦੇ ਸਿੰਗਰਾਂ ਦੇ ਨਾਲ ਤੁਸੀਂ ਕਰ ਚੁੱਕੇ ਹੋ ਹਾਂਜੀ ਮੈਂ ਇਹ ਹਰ ਸਿੰਗਰ ਦੇ ਨਾਲ ਹੀ ਮੇਰੀ ਸਟੇਜ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ ਫਿਰੋਜ਼ ਖਾਨ ਜੀ ਮਾਰਸ਼ਾ ਸਲੀਮ ਜੀ ਸ਼੍ਰੀ ਨਿਰੰਦਰ ਚੰਚਲ ਜੀ ਵਿਡਾਲੀ ਸਾਹਿਬ ਸਾਡੇ ਅਮਰਸਰ ਦੀ ਸ਼ਾਨ ਲਖਿੰਦਰ ਵਿਡਾਲੀ ਜੀ ਔਰ ਜਿੰਨੇ ਵੀ ਡਿਵੋਸ਼ਨਲ ਜਿਹੜੇ ਹੈਗੇ ਨੇ ਸਿੰਗਰ ਮੈਂ ਸਭ ਨਾਲ ਸਟੇਜ ਕਰ ਚੁੱਕਾ ਜੀ ਮੈਂ ਸੁਣਿਆ ਵੀ ਤੁਹਾਡੀ ਲਾਈਨ ਕੁਝ ਹੋਰ ਤੁਸੀਂ ਕਰਨਾ ਚਾਹੁੰਦੇ ਸੀ ਤੇ ਇਸ ਲਾਈਨ 'ਚ ਤੁਸੀਂ ਬੈਠੇ ਹੋ ਹਾਂਜੀ ਬਿਲਕੁਲ ਜੀ ਮੈਂ ਜਦੋਂ ਸਟੱਡੀ ਕਰਦਾ ਸੀ ਸਕੂਲ ਟਾਈਮ ਦੇ ਵਿੱਚ ਉਦੋਂ ਮੈਂ ਮੇਰਾ ਕੋਈ ਸ਼ੌਕ ਹੀ ਨਹੀਂ ਸੀ ਕਿ ਮੈਂ ਸੰਗੀਤ ਨੂੰ ਚੁਣਾਂਗਾ ਜਾਂ ਮουσਿਕੀ ਵੈਸੇ ਤਾਂ ਸੰਗੀਤ ਚੁਣਦਾ ਜੀ ਔਰ ਇੱਕ ਬੜੀ ਸੋਹਣੀ ਗੱਲ ਹੈ ਜੀ ਮਤਲਬ ਗਲਾ ਸੁਰਿਲਾ ਹੋਣ ਤੋਂ ਪਹਿਲਾਂ ਤੁਹਾਡਾ ਸੰਗੀਤ ਸੁਰੀਲਾ ਹੋਣ ਤੋਂ ਪਹਿਲਾਂ ਤੁਹਾਡੀ ਰੂਹ ਦਾ ਸੁਰੀਲਾ ਹੋਣਾ ਬਹੁਤ ਜ਼ਰੂਰੀ ਹੈ ਔਰ ਮੈਨੂੰ ਜਦੋਂ ਸੱਡਲ ਨਹੀਂ ਪਤਾ ਲੱਗਾ ਕਿ ਮੈਂ ਅੱਗੇ ਫਾਦਰ ਸਾਹਿਬ ਨੇ ਮੈਨੂੰ ਜ਼ੋਰ ਪਾਉਣਾ ਕਿ ਨਹੀਂ ਤੂੰ ਤੇਰੀ ਆਵਾਜ਼ ਅੱਛੀ ਹੈ ਤੂੰ ਜਾਗਰਣ ਕਰਿਆ ਕਰ ਔਰ ਮੈਂ ਇੱਕ ਦੋ ਜਾਗਰਨ ਤੇ ਗਾਇਆ ਮੈਨੂੰ ਬੜਾ ਪਿਆਰ ਮਿਲਿਆ ਮੈਨੂੰ ਸਭ ਨੇ ਹੱਥਾਂ ਤੇ ਚੁੱਕਿਆ ਔਰ ਮੇਰੇ ਦਿਲ ਨੂੰ ਵੀ ਲੱਗਾ ਕਿ ਮੈਨੂੰ ਹੁਣ ਇਹ ਲਾਈਨ ਚੁੜਨੀ ਚਾਹੀਦੀ ਹੈ ਔਰ ਮਹਾਰਾਣੀ ਦਾ ਜਦੋਂ ਆਸ਼ੀਰਵਾਦ ਮਿਲਣਾ ਮੈਨੂੰ ਸ਼ੁਰੂ ਹੋਇਆ ਤਾਂ ਹੁਣ ਤਾਂ ਇੰਨਾ ਕੁ ਉਸਨੇ ਰੰਗ ਸਾਨੂੰ ਚੜਾ ਦਿੱਤਾ ਹੈ ਕਿ ਸਾਡਾ ਹੁਣ ਤਾਂ ਛੱਡਣ ਨੂੰ ਉਸਨੂੰ ਜੀ ਕਰੇਗਾ ਨਹੀਂ 나ਸੀਂ ਇਸ ਲਾਈਨ ਨੂੰ ਛੱਡਾਂਗੇ ਜੀ ਤੇ ਤੁਸੀਂ ਹੁਣ 90 ਸਾਲ ਤੇ ਵੀ ਕੁਝ ਲੈ ਕੇ ਆ ਰਹੇ ਹੋ ਕੀ ਲੱਗਿਆ ਰਿਹਾ ਹਾਂਜੀ ਬਿਲਕੁਲ ਜੀ ਨਵੇਂ ਸਾਲ ਤੇ 1 ਜਨਵਰੀ ਨੂੰ ਮੇਰੀ ਜਿਸ ਤਰ੍ਹਾਂ ਪਹਿਲਾਂ ਮੇਰੀਆਂ ਭੇਟਾ ਰਿਲੀਜ਼ ਹੋਈਆਂ ਨੇ ਬਾਬਾ ਬਾਲਕਨਾਥ ਜੀ ਦੇ Bhajan ਰਿਲੀਜ਼ ਹੋਏ ਨੇ ਤੁਸੀਂ ਬੜਾ ਪਿਆਰ ਕਰਦੇ ਹੋ ਤੁਸੀਂ ਬੜੀ سپورਟ ਕਰਦੇ ਹੋ ਔਰ 1 ਜਨਵਰੀ ਨੂੰ ਜਿਸ ਦਾ ਟਾਈਟਲ ਹੈ Maa Mil Gayi ਉਹ ਸਾਡੀ ਭੇਟ ਰਿਲੀਜ਼ ਹੋ ਰਹੀ ਹੈ ਔਰ ਮੈਂ ਉਮੀਦ ਕਰਾਂਗਾ ਤੁਹਾਡੇ ਸਾਰਿਆਂ ਤੋਂ ਕਿ ਤੁਸੀਂ ਇਸੇ ਤਰ੍ਹਾਂ ਹੀ ਮੈਨੂੰ ਪਿਆਰ ਦਿਓਗੇ ਇਸੇ ਤਰ੍ਹਾਂ ਹੀ ਮੈਨੂੰ ਧੂਆਵਾਂ ਦਿਓਗੇ ਇਸੇ ਤਰ੍ਹਾਂ ਹੀ سپورਟ ਕਰੋਗੇ